ਬਾਤ ਕਰ ਸਕਦੀ ਹੈ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਵੱਲੋਂ ਨਿਰੰਦਰ ਸਿੰਘ ਤੂਮਰ ਨੂੰ ਇੱਕ ਚਿੱਠੀ ਲਿਖਣ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਅਨਿਲ ਵਿਜ ਦੇ ਵੱਲੋਂ ਇਹ ਚਿੱਠੀ ਨੂੰ ਜਨਤਕ ਕਰ ਦਿੱਤਾ ਗਿਆ ਹੈ 9 ਅਪ੍ਰੈਲ ਨੂੰ ਅਨਿਲ ਵਿਜ ਦੇ ਵੱਲੋਂ ਇਹ ਚਿੱਠੀ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਛੇਤੀ ਤੋਂ ਛੇਤੀ ਕਿਸਾਨੀ ਅੰਦੋਲਨ ਦਾ ਹੱਲ ਕੱਢਣ ਦੀ ਅਪੀਲ ਕੇਂਦਰ ਸਰਕਾਰ ਨੂੰ ਕਰ ਦਿੱਤੀ ਹੈ ਇਸ ਚਿੱਠੀ ਦੇ ਵਿੱਚ ਅਨਿਲ ਵਿਜ ਦਾਵਾ ਕਰਦੇ ਨੇ ਕਿ ਉਹ ਹਰਿਆਣਾ ਦੇ ਸਿਹਤ ਮੰਤਰੀ ਨੇ ਇਸ ਕਰਕੇ ਕਿਸਾਨਾਂ ਦਾ ਜਿਹੜਾ ਇਕੱਠ ਦਿੱਲੀ ਦੇ ਬਾਡਰਾਂ ਤੇ ਹਰਿਆਣਾ ਦੇ ਬਾਡਰਾਂ ਤੇ ਬੈਠਾ ਹੈ ਕਰੋਨਾ ਦੇ ਕਰਕੇ ਉਹ ਸਿਹਤ मंत्री ਹੋਣ ਦੇ ਨਾਤੇ ਚਿੰਤਾ ਦੇ ਵਿੱਚ ਨੇ ਇੱਕ ਤਾਂ ਉਹ ਕਿਸਾਨਾਂ ਨੂੰ ਵੀ ਕਰੋਨਾ ਤੋਂ ਬਚਾਉਣਾ ਚਾਹੁੰਦੇ ਨੇ ਅਤੇ ਦੂਜੀ ਚਿੰਤਾ ਉਹਨਾਂ ਨੂੰ ਇਹ ਵੀ ਹੈ ਕਿ ਕਿਤੇ ਕਿਸਾਨਾਂ ਦੇ ਇਕੱਠ ਦੇ ਕਰਕੇ ਹਰਿਆਣਾ ਦੇ ਵਿੱਚ ਵੀ ਕਰੋਨਾ ਨਾ ਫੈਲ ਜਾਵੇ ਉਹ ਚਿੱਠੀ ਦੇ ਵਿੱਚ ਲਿਖਦੇ ਨੇ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਪਹਿਲਾਂ ਵੀ ਕਾਫੀ ਗੱਲਬਾਤ ਦੇ ਵਿੱਚ ਸੰਜੀਦਾ ਰਹੀ ਹੈ ਅਤੇ ਹੁਣ ਵੀ ਗੱਲਬਾਤ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਿੰਨੀ ਦੇਰ ਤੱਕ ਗੱਲਬਾਤ ਨਹੀਂ ਕੀਤੀ ਜਾਏਗੀ ਓਨੀ ਦੇਰ ਤੱਕ ਇਸ ਅੰਦੋਲਨ ਦਾ ਹੱਲ ਨਹੀਂ ਕੱਢਿਆ ਜਾ ਸਕਦਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੂਮਰ ਨੂੰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਦੇ ਵੱਲੋਂ ਆਪਣੀ ਚਿੱਠੀ ਦੇ ਵਿੱਚ ਸਿੱਧੀ ਅਪੀਲ ਕੀਤੀ ਗਈ ਹੈ ਕਿ ਗੱਲਬਾਤ ਕਰਕੇ ਅੰਦੋਲਨ ਦਾ ਹੱਲ ਕੱਢ ਕੇ ਇਹਨਾਂ ਕਿਸਾਨਾਂ ਨੂੰ ਆਪੂ ਆਪਣੇ ਘਰਾਂ ਵਿੱਚ ਭੇਜਿਆ ਜਾਣਾ ਚਾਹੀਦਾ ਹੈ ਇਸ ਚਿੱਠੀ ਦਾ ਤੱਤਸਾਰ ਇਹ ਨਿਕਲਦਾ ਹੈ ਪਰ ਇਸ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਨਿਰੰਦਰ ਤੋਮਰ ਦੇ ਵੱਲੋਂ ਇੱਕ ਤਾਂ ਕਿਸਾਨਾਂ ਨੂੰ ਗੱਲਬਾਤ ਲਈ ਇੱਕ ਵਾਰ ਫਿਰ ਤੋਂ ਸੱਦਾ ਦੇ ਦਿੱਤਾ ਗਿਆ ਸੀ ਅਤੇ ਦੂਜਾ ਕਿਸਾਨ ਆਗੂਆਂ ਨੂੰ ਵੀ ਤਾਣਾ ਮਾਰ ਦਿੱਤਾ ਗਿਆ ਸੀ ਕਿ ਸਾਡੀ ਸਰਕਾਰ ਨੇ ਇਹਨਾਂ ਨੂੰ ਇੱਕ ਆਫਰ ਭੇਜਿਆ ਸੀ ਪ੍ਰਪੋਜ਼ਲ ਭੇਜਿਆ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਹੈ ਇਸ ਉਲੰਭੇ ਦਾ ਜਵਾਬ ਕਿਸਾਨ ਆਗੂ राकेश केशो नरेंद्र तोमर ये तय है कि संयुक्त मोर्चा जो किसान संगठन यहाँ पे चारों तरफ है वो बगैर बातचीत के बगैर समाधान के घर वापसी नहीं जाएगा सरकार जब बात करना चाहेगी हम पूर्ण रूप से तैयार है हम सरकार से बातचीत करेंगे अभी जो कृषि मंत्री ने जो बयान दिया है उन्होंने ये बयान दिया है कि हम बातचीत करने को तैयार है तो किसान संगठन ने संयुक्त मोर्चे ने किसी भी एक भी कैंडिडेट ने हमारे एक भी पदाधिकारी ने यह नहीं कहा कि हम बात नहीं करते हम बातचीत करना चाहते हैं कंडीशनल बात हम नहीं करेंगे कि वो कहेंगे कि हमारी ये कंडीशन है इसको मानते हो तो बात कर लो वो नहीं करेंगे हमने पूरी तैयारी कर ली और हमने आगे तक के लिए तैयारी कर रखी है कि जितना भी लंबा आंदोलन चलेगा इस आंदोलन को उतना लंबा हम चलाएंगे ਇਸ ਤਰ੍ਹਾਂ ਕਿਸਾਨ ਆਗੂ ਕੇਂਦਰ ਸਰਕਾਰ ਨੂੰ ਲਗਾਤਾਰ ਦੋ ਟੁਕ ਜਵਾਬ ਦਿੰਦੇ ਦਿਖਾਈ ਦਿੰਦੇ ਨੇ ਕਿ ਜੇਕਰ ਤੁਸੀਂ ਸ਼ਰਤਾ ਰੱਖ ਕੇ ਕਹੋਗੇ ਕਿ ਆਓ ਗੱਲਬਾਤ ਕਰੀਏ ਤਾਂ ਅਸੀਂ ਇਦਾਂ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਨਰਿੰਦਰ ਤੋਮਰ ਜਦੋਂ ਵੀ ਗੱਲਬਾਤ ਲਈ ਸੱਦਾ ਹੁਣ ਦਿੰਦੇ ਨੇ ਤਾਂ ਨਾਲ ਦੀ ਨਾਲ ਇਹ ਵੀ ਕਹਿ ਦਿੰਦੇ ਨੇ ਕਿ ਰੱਦ ਕਰਨ ਦੀ ਮੰਗ ਤੋਂ ਇਲਾਵਾ ਆ ਕੇ ਜੇਕਰ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਸਰਕਾਰ ਗੱਲਬਾਤ ਲਈ ਤਿਆਰ ਹੈ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਕਾਨੂੰਨ ਰੱਦ ਹੀ ਕਰਵਾਉਣੇ ਨੇ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਲਈ ਸਿੱਧੇ ਤੌਰ ਤੇ ਸੱਦਾ ਦਿੱਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਜਿਹੜੇ ਲੋਕ ਆ ਕਿਸਾਨੀ ਅੰਦੋਲਨ ਨੂੰ ਸਪੋਰਟ ਕਰ ਰਹੇ ਨੇ ਹੁਣ ਉਹਨਾਂ ਦੇ ਘਰ ਪਰਿਵਾਰ ਵਾਲਿਆਂ ਨੂੰ ਵੀ ਦਿੱਲੀ ਪੁਲਿਸ ਦੇ ਵੱਲੋਂ ਤੰਗ ਕੀਤਾ ਜਾਣ ਲੱਗ ਪਿਆ ਜੀ ਹਾਂ ਗੱਲ ਕਰ ਰਹੇ ਹਾਂ ਲੱਖਾ ਸਿਧਾਣਾ ਦੇ ਭਰਾ ਮੁੰਡੀ ਸਿਧਾਣਾ ਦੀ ਉਹਨਾਂ ਨੂੰ ਹੋਸ਼ ਆ ਗਈ ਹੈ ਅਤੇ ਮੁੰਡੀ ਸਿਧਾਣਾ ਨੇ ਆਪਣੇ ਮੂੰਹੋਂ ਹੁਣ ਸਾਰੀ ਆਪਣੀ ਹੱਡ ਬੀਤੀ ਦੱਸ ਦਿੱਤੀ ਹੈ ਉਹਨਾਂ ਨੇ ਆਪਣੀ ਇੱਕ ਇੱਕ ਗੱਲ ਦੱਸੀ ਹੈ ਜੋ ਕੁਝ ਵੀ ਉਹਨਾਂ ਦੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਮੁੰਡੀ ਸਿਧਾਣਾ ਦੇ ਅਨੁਸਾਰ ਪਟਿਆਲਾ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਉਹਨਾਂ ਨੂੰ ਧੱਕੇ ਨਾਲ ਕਲਾਮੇ ਫੜ ਕੇ ਗੱਡੀ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਦੀਆਂ ਅ ਵੀ ਬੰਦ ਕੀਤੀ ਗਈ ਮੂੰਹ ਦੇ ਵਿੱਚ ਕਪੜਾ ਵੀ ਪਾ ਦਿੱਤਾ ਗਿਆ ਦਿੱਲੀ ਲੈ ਜਾ ਕੇ ਇੱਕ ਥਾਣੇ ਦੇ ਵਿੱਚ 3 ਡਿਗਰੀ ਟਾਰਚਰ ਮੁੰਡੀ ਸਿਧਾਣਾ ਦੇ ਨਾਲ ਕੀਤਾ ਗਿਆ ਐਨਕਾਊਂਟਰ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਇਹ ਵੀ ਕਿਹਾ ਗਿਆ ਕਿ ਲੱਖਾਂ ਸਿਧਾਣਾ ਆਪ ਹੀ ਪੇਸ਼ ਹੋ ਜਾਵੇ ਅਤੇ ਕਿਸਾਨੀ ਅੰਦੋਲਨ ਦੇ ਨਾਲੋਂ ਨਾਤਾ ਤੋੜ ਲਵੇ ਨਹੀਂ ਤਾਂ ਤੇਰੇ ਨਾਲੋਂ ਜ਼ਿਆਦਾ ਬੁਰਾ ਹਾਲ ਲੱਖਾਂ ਸਿਧਾਣਾ ਦਾ ਕਰਾਂਗੇ ਜਾਂ ਫਿਰ ਅਸੀਂ ਐਨਕਾਊਂਟਰ ਵੀ ਕਰ ਸਕਦੇ ਹਾਂ ਅਜਿਹੀਆਂ ਧਮਕੀਆਂ ਵੀ ਦਿੱਤੀਆਂ ਗਈਆਂ 3 ਡਿਗਰੀ ਟਾਰਚਰ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਅੰਬਾਲਾ ਤੋਂ ਇੱਕ ਬੱਸ ਵਿੱਚ ਪੰਜਾਬ ਨੂੰ ਆਉਂਦੀ ਬੱਸ ਵਿੱਚ ਦਿੱਲੀ ਪੁਲਿਸ ਦੇ ਵੱਲੋਂ ਸਾਨੂੰ ਬਿਠਾ ਦਿੱਤਾ ਗਿਆ ਇਹ ਖੁਲਾਸੇ ਮੁੰਡੀ ਸਿਧਾਣਾ ਵੱਲੋਂ ਕੀਤੇ ਗਏ ਨੇ ਪਰ ਪੰਜਾਬ ਆ ਕੇ ਦਿੱਲੀ ਪੁਲਿਸ ਇੱਕ ਨੌਜਵਾਨ ਨੂੰ ਚੁੱਕ ਕੇ ਲੈ ਜਾਂਦੀ ਹੈ 3 ਡਿਗਰੀ ਟਾਰਚਰ ਕਰਕੇ ਬਸ ਚ ਬਿਠਾ ਕੇ ਵਾਪਸ ਪੰਜਾਬ ਭੇਜ ਦਿੰਦੀ ਹੈ ਤਾਂ ਪੰਜਾਬ ਦਾ ਮੁਖੀ ਕੀ ਕਰ ਰਿਹਾ ਹੈ ਹੁਣ ਚਾਰੇ ਪਾਸਿਓ ਇਸ ਵਾਰ ਉੱਠਦੇ ਦਿਖਾਈ ਦਿੰਦੇ ਨੇ ਪਰ ਕਿਸਾਨ ਆਗੂ ਵੀ ਇਸ ਗੱਲ ਨੂੰ ਹਲਕੇ ਦੇ ਵਿੱਚ ਲੈਂਦੇ ਦਿਖਾਈ ਨਹੀਂ ਦਿੰਦੇ ਕਿਸਾਨ ਆਗੂ ਮਨਜੀਤ ਰਾਏ ਦੇ ਵੱਲੋਂ ਤਾਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਕਿ ਜੇਕਰ ਹੁਣ ਇਸ ਤਰ੍ਹਾਂ ਦਿੱਲੀ ਪੁਲਿਸ ਦੇ ਅਧਿਕਾਰੀ ਕਿਸੇ ਨੂੰ ਗ੍ਰਿਫਤਾਰ ਕਰਨ ਲਈ ਆਉਣ ਤਾਂ ਰੱਸਿਆਂ ਨਾਲ ਉਹਨਾਂ ਨੂੰ ਬੰਨ ਲਓ ਤਾਂ ਜੇ ਨਵੀਂ ਕਵੈਤਕ ਕੀਤੀ ਹੈ ਕਿ ਪਰਚੇ ਜਨਾ ਦੇ ਨੇ ਉਹਨਾਂ ਦੇ ਘਰਦਿਆਂ ਉਹਨਾਂ ਦੇ ਪਰਿਵਾਰਾਂ ਉਹਨਾਂ ਦੇ ਭੈਣਾਂ ਭਾਈਆਂ ਨੂੰ ਟੌਰਚਰ ਕਰ ਰਹੇ ਦਿੱਲੀ ਪੁਲਿਸ ਆ ਕੇ ਤੇ ਜਿਹੜੇ ਕੈਪਟਨ ਸਾਹਿਬ